ਅੰਮ੍ਰਿਤਸਰ ਦੇ ਪਿੰਡ ਗੁਮਾਨਪੁਰ ਦੇ ਵਿੱਚ ਇੱਕ ਹਾਦਸਾ ਵਾਪਰਿਆ ਜਿੱਥੇ 3 ਨੌਜਵਾਨ ਬਾਬਾ ਬੁੱਢਾ ਸਾਹਿਬ ਮੇਲਾ ਦੇਖਣ ਜਾ ਰਹੇ ਸਨ। ਮੇਲਾ ਦੇਖ ਕੇ ਵਾਪਸ ਆਉਂਦੇ ਸਮੇਂ ਇਹ ਹਾਦਸਾ ਵਾਪਰਿਆ ਤੇ 3 ਯਾਰਾਂ ਦੀ ਗਈ ਜਾਨ। ਪਰਿਵਾਰਾਂ ਦਾ ਰੋ ਰੋ ਬੁਰਾ ਹਾਲ ਹੋ ਗਿਆ। ਪਿੰਡ ਵਿੱਚ ਸੋਗ ਦੀ ਲਹਿਰ ਛਾ ਗਈ ਜਦੋਂ ਇਹ 3 ਸਿਵੇ ਇਕੱਠੇ ਬਲੇ। ਮਾਵਾਂ ਦਾ ਰੋ ਰੋ ਬੁਰਾ ਹਾਲ ਹੋ ਗਿਆ ਜੋ ਕਿ ਤੁਸੀਂ ਦੇਖ ਨਹੀਂ ਸਕਦੇ। ਨੌਜਵਾਨਾਂ ਦੀ ਪਹਿਚਾਣ ਸੌਰਵ, ਵਿਜੇ, ਗੁਰਪ੍ਰੀਤ ਸਿੰਘ ਵਜੋਂ ਹੋਈ, ਜਿਨ੍ਹਾਂ ਦੀ ਉਮਰ ਮਹਿਜ 18, 20 ਤੇ 22 ਸਾਲ ਤੱਕ ਹੀ ਸੀ। 3 ਨੌਜਵਾਨ ਕੁਆਰੇ ਸਨ। ਪਰਿਵਾਰ ਵੀ ਇਹਨਾਂ ਦੀ ਮਿਹਨਤ ਮਜ਼ਦੂਰੀ ਦਿਹਾੜੀ ਕਰਨ ਵਾਲਾ ਸੀ, ਜਿਸ ਕਾਰਨ ਪਰਿਵਾਰ ਵਿੱਚ ਸੋਗ ਦੀ ਲਹਿਰ ਛਾ ਗਈ। ਗੱਲਬਾਤ ਜੀ, ਇੱਥੋਂ ਦੇ ਮੇਲਾ ਹੀ ਵੇਖਣ ਦੱਸਦੇ ਗਏ ਅਤੇ ਗਾੜੀ ਇਹਨਾਂ ਦਾ ਪਤਾ ਨਹੀਂ ਵੀ ਬਾਬਾ ਬੁੱਢਾ ਸਾਹਿਬ ਤੋਂ ਗਾਂਹ ਨੂੰ ਕਿੱਧਰ ਨੂੰ ਚੱਲੇ ਸੀ, ਚਾਹੇ ਗੋਂਦਵਾਲ ਸਾਹਿਬ ਮੱਥਾ ਟੇਕਣ ਚੱਲੇ, ਚਾਹੇ ਕਿਤੇ ਚੱਲੇ ਆ, ਅਤੇ ਮੁੜ ਕੇ ਇਹਨਾਂ ਦਾ ਪਤਾ ਲੱਗਾ ਵੀ ਆਹ ਘਟਨਾ ਹੋ ਗਈ ਇਹਨਾਂ। ਹਾਂ, ਬਹੁਤ 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 ਜੀ ਬਹੁਤ, ਹਰ ਇੱਕ ਪਰਿਵਾਰ ਨੂੰ ਦੁੱਖ ਆਇਆ ਕੰਮ। ਪਰਿਵਾਰ ਜੀ, ਇਹ ਮੁੰਡਾ, ਇਹ ਤੇ ਇਹਦਾ ਪਿਓ ਹੀ ਹੈ ਅਤੇ ਇੱਕ ਬੱਚਾ ਛੋਟਾ ਇਹਦਾ, ਅਤੇ ਦਾਦਾ ਇੱਕ ਬਜ਼ੁਰਗ ਹੈ ਇਹਨਾਂ ਦਾ, ਇਹੋ 3-4 ਪਰਿਵਾਰ ਦੇ। ਹਾਂਜੀ, ਇਹ 3 ਕੁਆਰੇ। ਸਰਕਾਰਾਂ ਨੂੰ ਕੁਛ ਨਾ ਕੁਛ ਇਹਨਾਂ ਦੀ ਬਾਂਹ ਫੜਨੀ ਚਾਹੀਦੀ ਹੈ, ਗਰੀਬ ਪਰਿਵਾਰ ਹੈ ਬਹੁਤ ਜ਼ਿਆਦਾ, ਕੁਛ ਨਾ ਕੁਛ। ਹਾਂਜੀ, ਇੱਕੋ ਦੱਸ ਦੇ। ਇਹ ਪਿੰਡ ਦੇ ਜੀ ਮੇਲਾ ਵੇਖਣ ਗਏ ਬਾਬੇ ਬੁੱਢੇ ਸਾਹਿਬ, ਅਤੇ ਜਾਂਦੇ 8-9 ਵਜੇ ਤਾਂ ਘਰੋਂ ਨਿਕਲੇ ਆ, ਜਾਂਦੇ ਆ ਪਤਾ ਨਹੀਂ ਕੀ ਇਹਨਾਂ ਨਾਲ ਘਟਨਾ ਹੋਈ ਸਰ, ਬਹੁਤ ਇਹਨਾਂ ਨਾਲ ਬਹੁਤ ਮਾੜੀ ਰੱਬ ਨੇ ਕੀਤੀ ਕਿ ਪਤਾ ਨਹੀਂ। ਇਹਦੇ ਨਾਲ ਸੌਰਵ, ਇਹ 2 ਭਰਾ ਆ ਅਤੇ 1 ਭੈਣ ਆ ਨਾ, ਉਹ ਤਾਂ ਛੋਟਾ 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 ਇਕੱਲਾ ਹੀ ਸੀ ਵਿਚਾਰਾ, ਇਕੱਲਾ ਸੀ ਤੇ ਜਾਂ ਪਿਓ ਸੀ, ਪਿਓ ਵੀ ਢਿੱਲਾ ਮੱਟਾ ਰਹਿੰਦਾ, ਉਹ ਵੀ ਢਿੱਲਾ ਮੱਟਾ ਰਹਿੰਦਾ, ਗਰੀਬ ਬੰਦੇ ਸਰ ਜੀ, ਬਹੁਤ ਗਰੀਬ ਬਣੇ। ਇਹਨਾਂ ਦੀ ਕੋਈ ਕਾਰਵਾਈ, ਕੋਈ ਸੁਣਵਾਈ ਹੋਣੀ ਚਾਹੀਦੀ, ਗਰੀਬ ਬੰਦੇ ਆ, ਕੋਈ ਹੋਣੀ ਚਾਹੀਦੀ ਇਹਨਾਂ ਦੀ, ਦਿਹਾੜੀ ਦੱਪੇ ਵਾਲੇ ਸੀ ਵਿਚਾਰੇ। ਮੋਟਰਸਾਈਕਲ ਇਹਨਾਂ ਦਾ ਆਪਣਾ ਹੀ ਸੀ, ਆਹ ਕਿਸ਼ਤਾਂ ਤੇ ਸਰ ਮੋਟਰਸਾਈਕਲ ਆਏ। ਹਾਂਜੀ, 100 ਰੁਪਏ ਦੇ ਆਏ, ਇੱਕ ਮੋਟਰਸਾਈਕਲ ਹੀ, ਪਤਾ ਨਹੀਂ ਹੁਣ ਵਿਜੇ ਦਾ ਸੀ ਕਿ ਪਤਾ ਨਹੀਂ 100 ਰੁਪਏ ਦਾ ਸੀ, ਇੱਕ ਤੇ ਗਏ। ਇਹਨਾਂ ਦੀ ਇੰਨੀ ਕੁ 22 ਸਾਲ, 18 ਸਾਲ, 22 ਸਾਲ ਇੰਨੀ ਜੀ ਜੀ। ਹਾਂਜੀ, ਹਾਂ 100 ਰੁਪਏ, ਹਾਂ ਇੱਕ ਮੁੰਡਾ ਜਿਹੜਾ ਚਲਾਉਂਦਾ ਉਹਦੀ 22 ਸਾਲ ਸੀ ਅਤੇ ਇਹਦੀ 20 ਸਾਲ ਸੀ, ਤਿੰਨਾਂ ਦੀ ਦੱਸ ਹੋ ਗਈ ਸਰ। ਰਾਤ 8-9 ਵਜੇ ਤੱਕ ਸਭ, ਹਾਂ 12 ਵਜੇ ਆਇਆ ਸਰ ਫੋਨ। ਗੱਲਬਾਤ ਇਹੋ ਜੀ, ਮੇਲਾ ਵੇਖਣ ਗਏ ਬਾਬਾ ਬੁੱਢਾ ਸਾਹਿਬ ਦਾ, ਅਤੇ ਉੱਥੇ ਰਸਤੇ ਦੇ ਵਿੱਚ ਪਹਿਲਾਂ ਇੱਥੇ ਗਏ ਛਾੜਾ ਸਾਹਿਬ, ਉਸ ਤੋਂ ਬਾਅਦ ਇਹ ਬਾਬਾ ਬੁੱਢਾ ਸਾਹਿਬ ਚਲੇ ਗਿਆ, ਉਸ ਤੋਂ ਅੱਗੇ ਫਿਰ ਮੱਥਾ ਟੇਕ ਕੇ ਕੋਈ ਪਤਾ ਨਹੀਂ ਕੀ ਪ੍ਰੋਗਰਾਮ ਸੀ, ਅਤੇ ਬਹੁਤ ਮਾੜੀ ਦੁਰਘਟਨਾ ਹੋਈ ਹੈ। ਹਾਂਜੀ, ਇਹ 3 ਜਣੇ ਸੀ ਜੀ। ਉਮਰ ਇਹਨਾਂ ਦੀ 20-22 ਸਾਲ ਹੀ ਹੋਣੀ ਹੈ, ਕੋਈ 18 ਦਾ, ਕੋਈ 20 ਦਾ, ਇੰਨੀ ਉਮਰ ਦੇ ਵਿੱਚ। ਹਾਂਜੀ, ਨਹੀਂ ਕੰਮ ਕਾਰ ਹੀ ਕਰਦੇ, ਇੱਕ ਮੁੰਡਾ ਤੇ ਸੈਂਟਰੀ ਦਾ ਕੰਮ ਕਰਦਾ ਸੀ ਤੇ ਦੂਜੇ ਮਿਹਨਤ ਮਜ਼ਦੂਰੀ ਵਾਲੇ, ਗਰੀਬ ਪਰਿਵਾਰ ਹੀ ਆ ਸਾਰੇ। ਨਹੀਂ ਅਜੇ 3 ਮੇਲਾ ਵੇਖਣ ਗਏ। ਹਾਂਜੀ, ਨਹੀਂ ਇਹ ਹੁਣ ਉੱਥੇ ਹੀ ਪਤਾ ਨਾ ਲੋਕਾਂ ਨੂੰ, ਇੱਥੇ ਤਾਂ ਹੁਣ ਸੂਚਨਾ ਆਈ ਆ ਵੀ ਇਹ ਐਕਸੀਡੈਂਟ ਹੋ ਗਿਆ। ਨਹੀਂ ਪਿੰਡ ਵਾਸਤੇ ਦੇਖੋ, ਤੁਸੀਂ ਵੇਖਣੀ ਰਹੇ, ਬਹੁਤ ਮਾੜੀ ਗੱਲ ਹੋਈ। ਕੁਝ ਨਾ ਕੁਝ ਇਹਨਾਂ ਦੀ ਹੈਲਪ ਹੋਣੀ ਚਾਹੀਦੀ, ਬਹੁਤ ਹੀ ਗਰੀਬ ਪਰਿਵਾਰ ਹੈ।